ਹੈਗੀ। ਇਸ ਤਰੀਕੇ ਨਾਲ ਅਗਲੀ ਸਾਈਡ ਤੋਂ ਜਦੋਂ ਟਰੈਕਟਰ ਨੇ ਪੈਣਾ ਨੇ, ਅਗਲੀ ਸਾਈਡ ਤੋਂ ਜਦੋਂ ਚੱਲਣਾ ਨਾ ਜੀ, ਦੋਨੋਂ ਵੀਲ ਜਿਹੜੇ ਘੁੰਮਣੇ, ਆਟੋਮੈਟਿਕ ਖਾਦ ਵੀ ਲੱਗੀ ਜਾਣੀ ਹੈ ਅਤੇ ਆਟੋਮੈਟਿਕ ਜਿਹੜਾ ਹੈਗਾ ਨਾ ਜੀ ਬੀਜ ਵੀ ਲੱਗੀ ਜਾਣਾ ਜੀ। ਅਲਹਮਦੁਲਿਲਾ ਉਹ ਕਾੜਾ ਦੇ ਵਿੱਚ ਜਿਹੜੇ ਕਿ 30-35 ਸਾਲਾਂ ਤੋਂ ਬਣਾਉਂਦੇ ਆ ਰਹੇ ਨੇ ਜੀ, ਔਰ ਨਰਮੇ ਦੀਆਂ ਡਰਿੱਲਾਂ ਸਾਡੀਆਂ ਅਲਹਮਦੁਲਿਲਾ ਸਿੰਧ ਵਾਲੇ ਇਲਾਕੇ 'ਚ, ਪੰਜਾਬ ਦੇ ਐਂਡ ਵਾਲੇ ਇਲਾਕੇ 'ਚ ਬਹੁਤ ਜ਼ਿਆਦਾ ਜਿਹੜੀਆਂ ਨਾ ਜੀ ਹੁਣ ਬਣਨੀਆਂ ਸ਼ੁਰੂ ਹੋ ਜਾਣੀਆਂ ਇਨਸ਼ਾਅੱਲਾ ਜੀ। ਸਲਾਮ ਅਲੈਕੁਮ ਪਾਕਿਸਤਾਨ, ਕੀ ਹਾਲ ਚਾਲ ਆ ਮੇਰੇ ਕਿਸਾਨ ਵੀਰੋ ਦੋਸਤੋ। ਇਹ ਕਿਸਾਨ ਦੋਸਤੋ, ਮੈਂ ਨਾ ਜੀ ਇਹ ਡਰਿੱਲ ਅਸੀਂ ਬਣਾਈ ਹੈਗੀ ਜੀ, ਅੱਗੇ ਹੁਣ ਸਿੰਧ ਵਾਲੇ ਇਲਾਕੇ ਦੇ ਵਿੱਚ ਨਾ ਜੀ ਕਪਾਸ ਨਰਮਾ ਲੱਗਣਾ ਸ਼ੁਰੂ ਹੋ ਗਿਆ ਜੀ। ਇਹ ਕਪਾਸ ਬੀਜਣ ਵਾਸਤੇ ਆਟੋਮੈਟਿਕ ਉਹਦੇ ਵਾਸਤੇ ਜੀ ਇਹ ਡਰਿੱਲ ਤਿਆਰ ਕੀਤੀ ਹੈ ਅਤੇ ਇਹ ਸਿੰਧ ਦੇ ਵਿੱਚ ਜਾਣੀ ਜੀ ਹੈਦਰਾਬਾਦ। ਹੈਦਰਾਬਾਦ ਤੋਂ ਅੱਗੇ ਸਜਾਵਲ ਹੈਗਾ ਜੀ, ਤਕਰੀਬਨ 200 ਕਿਲੋਮੀਟਰ ਅੱਗੇ, ਉੱਥੇ ਜਾਣੀ ਜੀ ਡਰਿੱਲ। ਇਹਦੀ ਮੁਕੰਮਲ ਤਫਸੀਲ, ਇਹਦਾ ਰਿਵਿਊ ਮੁਕੰਮਲ ਤੁਹਾਨੂੰ ਮੈਂ ਨਾ ਜੀ ਵੀਡੀਓ ਦੇ ਵਿੱਚ ਦੱਸਦਾ ਜੀ, ਕਿਹੜਾ ਕਿਹੜਾ ਇਹਨੂੰ ਮਟੀਰੀਅਲ ਲੱਗਾ ਹੋਇਆ ਜੀ, ਔਰ ਕਿਸ ਤਰੀਕੇ ਨਾਲ ਆਪਾਂ ਇਸਤੇਮਾਲ ਕਰਨੀ ਹੈ, ਔਰ ਜਿਹੜਾ ਹੈਗਾ ਨਾ ਜੀ ਇਹਦੇ ਨਾਲ ਆਪਾਂ ਸੂਰਜਮੁਖੀ ਵੀ ਲਾ ਸਕਦੇ ਹਾਂ ਕਿ ਨਹੀਂ ਲਾ ਸਕਦੇ, ਇਹ ਮੁਕੰਮਲ ਤੁਹਾਨੂੰ ਮੈਂ ਵੀਡੀਓ ਦੱਸਦਾ ਜੀ ਡਿਟੇਲ ਦੇ ਨਾਲ ਜੀ। ਸਭ ਤੋਂ ਪਹਿਲੇ ਤਾਂ ਆ ਜਾਓ ਨਾ ਇਹਦੇ ਵਿੱਚ ਜਿਹੜਾ ਨਾ ਜੀ ਅਸੀਂ ਇਹ ਫਰੇਮ ਲਗਾਇਆ ਨਾ ਜੀ, ਇਹ ਅਸੀਂ 3 ਇੰਚੀ ਦਾ ਡੱਬੇ ਦਾ ਬਣਾ ਕੇ ਐਂਗਲ ਦਾ ਇਹ ਲਗਾਇਆ ਹੈਗਾ ਜੀ। ਉਸ ਤੋਂ ਬਾਅਦ ਆ ਜਾਓ, ਇਹਨਾਂ ਦੋਵਾਂ ਸਾਈਡਾਂ 'ਤੇ ਗੇਅਰ ਲੱਗੇ ਨੇ, ਡਬਲ ਸ਼ਾਫਟ ਲੱਗੀ ਹੁੰਦੀ ਜੇ, ਡਬਲ ਸ਼ਾਫਟ ਦੇ ਵਿੱਚ ਜਿਹੜਾ ਹੈਗਾ ਨਾ ਜੀ ਇਹ ਦੋਨੋਂ ਸ਼ਾਫਟਾਂ ਘੁੰਮਦੀਆਂ, ਯਾਨੀ ਕਿ ਅਗਲੀ ਸਾਈਡ 'ਤੇ ਜਿਹੜਾ ਹੈਗਾ ਜੀ ਇਹਦਾ ਖਾਸ ਸਿਸਟਮ ਲੱਗਿਆ ਨਾ, ਖਾਸ ਸਿਸਟਮ ਵਾਲਾ ਮੈਂ ਬੋਕਸ ਵਹਾਉਂਦਾ ਤੁਹਾਨੂੰ, ਆ ਦੇਖੋ ਇਸ ਤਰੀਕੇ ਨਾਲ ਖਾਸ ਸਿਸਟਮ ਲੱਗਾ ਹੋਇਆ ਜੀ ਇਹਦਾ। ਅੰਦਰਲੀ ਸਾਈਡ 'ਤੇ ਨਾ ਜੀ ਇਹਦੇ ਖਾਦ ਜਿਹੜੀ ਹੈਗੀ ਇਹ 4 ਖਾਨੇ ਦੇ ਵਿੱਚ ਪੈਂਦੀ ਜੇ, ਇਹ ਦੇਖੋ 1, 2, 3 ਅਤੇ 4। ਇਹ ਸਾਡੇ ਕਸਟਮਰ ਨੇ ਜਿਸ ਤਰੀਕੇ ਨਾਲ ਸਾਨੂੰ ਕਿਹਾ, ਅਸੀਂ ਉਸ ਤਰੀਕੇ ਨਾਲ ਅਲਹਮਦੁਲਿਲਾ ਬਣਾਈਏ ਅਤੇ ਉਹਨਾਂ ਨੂੰ ਦਿਖਾਈਏ, ਬੜੀ ਪਸੰਦ ਆਈ ਉਹਨਾਂ ਨੂੰ। ਅਤੇ ਇਸੇ ਤਰੀਕੇ ਨਾਲ ਬੈਕ ਸਾਈਡ 'ਤੇ ਇਹਦੇ ਆ ਜਾਓ ਬੀਜ ਵਾਲੀ ਸਾਈਡ 'ਤੇ, ਇਹ ਦੇਖੋ ਜੀ ਬੀਜ ਵਾਲੀ ਸਾਈਡ 'ਤੇ ਵੀ ਜਿਹੜਾ ਹੈਗਾ ਨਾ ਜੀ 4 ਖਾਨੇ ਨੇ, 1, 2, 3 ਅਤੇ ਉਗਲੀ ਸਾਈਡ 'ਤੇ 4। ਅੰਦਰਲੀ ਸਾਈਡ ਤੋਂ ਰੰਗ ਨਹੀਂ ਕੀਤਾ ਤਾਂ ਕਿ ਕਸਟਮਰ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਇਹ ਜਿਸੀ ਚਾਦਰ ਇਸਤੇਮਾਲ ਕੀਤੀ ਜੇ, ਠੀਕ ਹੋ ਗਿਆ। ਉਸ ਤੋਂ ਇਲਾਵਾ ਇਹਨੂੰ ਬਹੁਤ ਅੱਛਾ ਮਟੀਰੀਅਲ ਇਸਤੇਮਾਲ ਕੀਤਾ ਹੈ, ਗਰਾਰੀ ਬੋਕਸ ਜਿਹੜਾ ਇਹਦਾ ਮੁਕੰਮਲ ਬੰਦ ਕੀਤਾ ਹੈ, ਇਹਦੇ ਵਿੱਚ ਅਸੀਂ ਗਰੀਸ ਕਰ ਦਿੱਤੀ ਹੋਈ ਹੈ। ਇਹਦੀ ਅਹਤਿਆਤ ਤੁਸੀਂ ਪਤਾ ਕੀ ਕਰਨੀ ਹੈ, ਸਿਰਫ਼ ਮੇਰੇ ਕਸਟਮਰ ਦੋਸਤ ਨੇ ਅਹਤਿਆਤ ਇਹਦੀ ਇਹ ਕਰਨੀ ਹੈ ਕਿ ਇਹਨੂੰ ਸਿਰਫ਼ ਤੁਸੀਂ ਨਾ ਸੀਜ਼ਨ ਇਸਤੇਮਾਲ ਕਰਨ ਤੋਂ ਬਾਅਦ ਅੱਛੀ ਤਰ੍ਹਾਂ ਧੋ ਕੇ ਡੀਜ਼ਲ ਮਾਰ ਕੇ ਅਤੇ ਇਹਦੇ ਉੱਤੇ ਛਾਪਰ ਪਾ ਕੇ ਰੱਖ ਦੇਣਾ ਜੀ। ਇਨਸ਼ਾਅੱਲਾ ਤੁਹਾਡੀ ਇਹ ਡਰਿੱਲ ਜਿਹੜੀ 10-15 ਸਾਲ ਕਿਤੇ ਵੀ ਨਹੀਂ ਜਾਂਦੀ, ਸਿਰਫ਼ ਨਿਚਲੀ ਸਾਈਡ 'ਤੇ ਕੋੜ ਘੱਸਦੇ ਨੇ, ਬੂਟ ਘੱਸਦੇ ਨੇ, ਇੱਥੋਂ ਕੱਟ ਕੇ ਇਹ ਨਵੇਂ ਲੱਗ ਜਾਂਦੇ ਨੇ। ਇਹਨੂੰ ਗਰੀਸ ਕਰਨ ਦੀ ਵੀ ਨਹੀਂ ਜ਼ਰੂਰਤ, ਕਿਉਂਕਿ ਅਸੀਂ ਗਰੀਸ ਕਰ ਦਿੱਤੀ ਹੈ। ਕਹਿਣ ਦਾ ਮਕਸਦ ਹੁੰਦਾ ਨਾ ਜੀ ਕਿ ਇਹਨੂੰ ਖੋਲ੍ਹ ਕੇ ਬਾਰ ਬਾਰ ਗਰੀਸ ਕਰਨੀ, ਨਹੀਂ ਇਹ ਇੱਦਾਂ ਦਾ ਕੋਈ ਚੱਕਰ ਨਹੀਂ ਆ, ਗਰੀਸ ਕਰਨ ਦੀ ਬਿਲਕੁਲ ਵੀ ਨਹੀਂ ਜ਼ਰੂਰਤ ਹੈਗੀ। ਇਸੇ ਤਰੀਕੇ ਨਾਲ ਅਗਲੀ ਸਾਈਡ ਤੋਂ ਜਦੋਂ ਟਰੈਕਟਰ ਨੇ ਪੈਣਾ ਨੇ, ਅਗਲੀ ਸਾਈਡ ਤੋਂ ਜਦੋਂ ਚੱਲਣਾ ਨਾ ਜੀ, ਦੋਨੋਂ ਵੀਲ ਜਿਹੜੇ ਘੁੰਮਣੇ, ਆਟੋਮੈਟਿਕ ਖਾਦ ਵੀ ਲੱਗੀ ਜਾਣੀ ਹੈ ਅਤੇ ਆਟੋਮੈਟਿਕ ਜਿਹੜਾ ਹੈਗਾ ਨਾ ਜੀ ਬੀਜ ਵੀ ਲੱਗੀ ਜਾਣਾ ਜੀ। ਇਸ ਤੋਂ ਇਲਾਵਾ ਕਿਸੇ ਵੀ ਦਰੀਲਾ ਦੀ ਮਾਲੂਮਾਤ ਲੈਣੀ ਹੈ, ਫੋਨ ਨੰਬਰ ਮੇਰਾ ਨੋਟ ਕਰ ਲਓ, 0345-45-358 ਹੈ ਮੇਰਾ ਫੋਨ ਨੰਬਰ ਜੇ। ਹਰ ਤਰ੍ਹਾਂ ਦੀ ਦਰੀਲਾਤ ਇਨਸ਼ਾਅੱਲਾ ਤੁਹਾਨੂੰ ਮਿਲਣਗੇ ਜੀ। ਬੁਕਿੰਗ ਵਾਸਤੇ ਤੁਸੀਂ ਮੇਰਾ ਨੰਬਰ ਨੋਟ ਕਰ ਲਓ, ਹੈ ਮੇਰੀ ਵਰਕਸ਼ਾਪ ਜੇ, ਖਲੀਫਾ ਅਫਜ਼ਲ ਦਰਾਈ ਇੰਡਸਟਰੀ, ਲਾਹੌਰ ਰੋਡ, ਜਿਹੜੀ ਰੋਡ, ਉਕਾੜਾ। ਉਸ ਤੋਂ ਇਲਾਵਾ ਜਿੱਦਾਂ ਜਿੱਦਾਂ ਜਿਹੜਾ ਜਿਹੜਾ ਦਰੀਲਾਤ ਬਣੀ ਜਾਏਗਾ, ਇਨਸ਼ਾਅੱਲਾ ਅਸੀਂ ਉਸੇ ਤਰੀਕੇ ਦੇ ਨਾਲ ਅਸੀਂ ਨਾ ਜੀ ਵੀਡੀਓ ਅਪਲੋਡ ਕਰਦੇ ਜਾਵਾਂਗੇ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜੀ ਜਿਹਨੇ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕੀਤਾ, ਟਿਕਟੋਕ ਦੇ ਅਕਾਊਂਟ ਨੂੰ ਫੋਲੋ ਕੀਤਾ ਹੈ ਅਤੇ ਫੇਸਬੁੱਕ 'ਤੇ ਵੀ ਪੇਜ ਨੂੰ ਲਾਈਕ ਕੀਤਾ ਹੈ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਨਾਬ। ਹੁਣ ਇਸੇ ਤਰੀਕੇ ਨਾਲ ਸੂਰਜਮੁਖੀ ਦੀ ਗੱਲ ਕਰ ਰਹੇ ਸੀ, ਸੂਰਜਮੁਖੀ ਦੇ ਬੀਜ ਦੇ ਨਾਲ ਇੱਕ ਭਾਈ ਨੇ ਕਿਹਾ ਸੀਗਾ ਕਿ ਕਾਸ਼ਤ ਕਰ ਸਾਰੇ ਕਰ ਸਕਦੇ ਹਾਂ, ਮਗਰ ਸੂਰਜਮੁਖੀ ਦਾ ਬੀਜ ਜਿਹੜਾ ਨਾ 1-1 ਲੱਗਦਾ ਜੇ, ਇਹਦੇ ਨਾਲ ਲੈਂਡ ਸਿਰ ਜਿਵੇਂ ਆਪਣੀ ਗੰਦਮ ਲੱਗਦੀ ਨਾ ਉਸ ਤਰੀਕੇ ਨਾਲ ਲੱਗੇਗਾ, ਠੀਕ ਆ ਜੀ। ਲੈਂਡ ਸਿਰ ਲੱਗਣ ਤੋਂ ਬਾਅਦ ਫਿਰ ਉਹ ਤੁਹਾਨੂੰ ਬੂਟੇ ਪੁੱਟਣੇ ਪੈਂਦੇ ਨੇ, ਇੱਕ ਚੀਜ਼। ਦੂਸਰੀ ਚੀਜ਼ ਫਿਰ ਇਹਦੇ ਕਪਾਸ ਵਾਸਤੇ ਬੜੀ ਅੱਛੀ ਬਣਾ ਰਹੇ ਹਾਂ ਅਸੀਂ ਅਲਹਮਦੁਲਿਲਾ ਉਹ ਕਾੜਾ ਦੇ ਵਿੱਚ ਜਿਹੜੇ ਕਿ 30-35 ਸਾਲਾਂ ਤੋਂ ਬਣਾਉਂਦੇ ਆ ਰਹੇ ਨੇ ਜੀ, ਔਰ ਨਰਮੇ ਦੀਆਂ ਡਰਿੱਲਾਂ ਸਾਡੀਆਂ ਅਲਹਮਦੁਲਿਲਾ ਸਿੰਧ ਵਾਲੇ ਇਲਾਕੇ 'ਚ, ਪੰਜਾਬ ਦੇ ਐਂਡ ਵਾਲੇ ਇਲਾਕੇ 'ਚ ਬਹੁਤ ਜ਼ਿਆਦਾ ਜਿਹੜੀਆਂ ਨਾ ਜੀ ਹੁਣ ਬਣਨੀਆਂ ਸ਼ੁਰੂ ਹੋ ਜਾਣੀਆਂ ਇਨਸ਼ਾਅੱਲਾ ਜੀ। ਇਹ ਜਾਂਦੀਆਂ ਨੇ ਜਿਹੜੇ ਕਿ ਲੋਕ ਖਲੀਫਾ ਅਫਜ਼ਲ ਦਰਾਈ ਇੰਡਸਟਰੀ ਵਾਲੇ ਨੇ ਪਸੰਦ ਕਰਦੇ ਨੇ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜੀ, ਇਹ ਬਿਲਕੁਲ ਰੈਡੀ ਹੈ ਜੀ, ਇਨਸ਼ਾਅੱਲਾ ਜਦੋਂ ਇਹ ਚੱਲੇਗੀ ਇਹ ਭਾਈ ਗੁਲਾਮ ਫੂਲ ਸਾਹਿਬ ਸਾਨੂੰ ਬਣਾ ਕੇ ਭੇਜਣਗੇ ਵੀਡੀਓ, ਅਤੇ ਇਨਸ਼ਾਅੱਲਾ ਤੁਹਾਨੂੰ ਚੱਲਦੇ ਦੀ ਵੀਡੀਓ ਇਨਸ਼ਾਅੱਲਾ ਅਟੈਚ ਕਰਾਂਗੇ ਜੀ। ਸਾਰੇ ਦੋਸਤਾਂ ਦਾ ਸ਼ੁਕਰੀਆ ਜੀ, ਜਜ਼ਾਕ ਅੱਲਾ ਜੀ, ਅਸਲਾਮ ਅਲੈਕੁਮ।